ਤੇ ਉਸ ਤੇ ਪ੍ਰੈਸ਼ਰ ਬਣਾ ਕੇ ਇਹਨਾਂ ਤੋਂ 3-3 ਲੱਖ ਰੁਪਇਆ ਦੀ ਡਿਮਾਂਡ ਕੀਤੀ। ਤੋਂ 50,000 ਰੁਪਏ ਜਿਹੜਾ ਹੈਗਾ ਰੈੱਡ ਹੈਂਡ ਨੂੰ ਫੜੇ ਨੇ। ਐਸ ਐਚ ਓ ਬਲਕੌਰ ਸਿੰਘ ਆ 2016 ਬੈਚ ਦਾ ਅਤੇ ਏ ਐਸ ਆਈ ਪਰਮਜੀਤ ਸਿੰਘ ਆ ਇਹ ਰੈਂਕਰ ਹੈ। ਇਹ ਮਾਮਲਾ ਸੀ ਜੀ ਹਰਚਰਨ ਸਿੰਘ ਸੀਗਾ ਦਸ਼ਮੇਸ਼ ਨਗਰ ਗੋਨਿਆਣ ਦਾ ਰਹਿਣ ਵਾਲਾ। ਇੱਥੋਂ 30 ਲੱਖ ਰੁਪਈਆ ਵਿਆਜ 'ਤੇ ਲਿਆ ਸੀ ਤਕਰੀਬ 1.5 ਸਾਲ ਪਹਿਲਾਂ ਰਾਮ ਲਾਲ ਅਤੇ ਗੁਰਤੇਜ ਨੇ। ਅਤੇ ਇਹਨਾਂ ਨੇ ਉੱਥੋਂ ਹੋਰ ਪੈਸੇ ਦੀ ਮੰਗ ਕਰਦੇ ਹੋਏ ਜਿਹੜਾ ਹੈਗਾ ਦੁਬਾਰਾ ਕਿਹਾ ਸੀ ਵੀ ਅਸੀਂ ਹੋਰ ਪੈਸੇ ਲੈਣੇ ਨੇ ਬਿਆਨੇ 'ਤੇ ਤੁਹਾਨੂੰ ਰਜਿਸਟਰੀ ਕਰਾ ਦਾਂਗੇ। ਉਹਦੇ ਘਰ ਗਏ, ਘਰ ਜਾ ਕੇ ਜਦੋਂ ਉਹਨਾਂ ਨੂੰ ਗੁਰਤੇਜ ਨੂੰ ਹਰਚਰਨ ਨੂੰ ਵਿਸ਼ਵਾਸ ਹੋ ਗਿਆ ਵੀ ਇਹਨਾਂ ਨੇ ਪੈਸੇ ਸਾਡੇ ਮੋੜਨੇ ਨਹੀਂ, ਤਾਂ ਉਹਨਾਂ ਦੇ ਨਾਲ ਆਪਸ ਵਿੱਚ ਥੋੜ੍ਹਾ ਜਿਹਾ ਨਾ ਤਕਰਾਰ ਹੋਇਆ ਅਤੇ ਇਹਨਾਂ ਦਾ ਵੈਪਨ ਲੈ ਕੇ ਅਤੇ ਉਹਦੇ ਨਾਲ ਫਾਇਰਿੰਗ ਕਰਤੀ ਹਰਚਰਨ ਨੇ। ਅਤੇ ਇਹ ਮਾਮਲਾ ਥਾਣੇ ਰਿਪੋਰਟ ਕੀਤੀ ਹਰਚਰਨ ਸਿੰਘ ਨੇ, ਮੇਰੇ ਘਰ ਆ ਕੇ ਇਹਨਾਂ ਨੇ ਫਾਇਰਿੰਗ ਕੀਤੀ ਹੈ, ਜਿਸ 'ਤੇ ਐਸ ਐਚ ਓ ਨੇ ਬੁਲਾ ਕੇ 4 ਤਰੀਕ ਨੂੰ ਇਸੇ ਮਹੀਨੇ ਦੀ ਨੂੰ ਇਹਨਾਂ ਦਾ ਸਮਝੌਤਾ ਕਰਾਤਾ। 5 ਤਰੀਕ ਨੂੰ ਜਦੋਂ ਇਹਨਾਂ ਤੋਂ ਪੈਸੇ ਲਏ ਤਾਂ ਇਹਨਾਂ ਨੇ ਮਨ੍ਹਾ ਕਰਤਾ, ਅਤੇ ਉਹਦੇ ਵਿੱਚ ਐਸ ਐਚ ਓ ਨੇ ਫਿਰ ਇਹਨਾਂ ਨੂੰ ਧਮਕੀ ਵੀ ਤੁਹਾਡੇ 'ਤੇ ਪਰਚਾ ਦੇਊਂਗਾ ਆਰਮ ਐਕਟ ਦਾ, ਕਿਉਂਕਿ ਤੁਸੀਂ ਘਰ ਜਾ ਕੇ ਉਹਨਾਂ ਦਾ ਕੀਤਾ 452 ਵਗੈਰਾ ਲਾਊਂਗਾ। ਅਤੇ ਉਸ 'ਤੇ ਪ੍ਰੈਸ਼ਰ ਬਣਾ ਕੇ ਇਹਨਾਂ ਤੋਂ 3-3 ਲੱਖ ਰੁਪਈਆ ਦੀ ਡਿਮਾਂਡ ਕੀਤੀ, ਜਿਹਦੇ 'ਤੇ ਇਹਨਾਂ ਦੀ ਗੱਲ ਜਿਹੜੀ ਮੁੱਕੀ। 3 ਲੱਖ ਰੁਪਈਏ 'ਤੇ ਹਰਚਰਨ ਸਿੰਘ ਆਪਣੇ ਗੁਰਤੇਜ ਤੋਂ 3 ਲੱਖ ਰੁਪਈਆ ਲੈ ਲਿਆ, ਅਤੇ ਦੂਜੇ ਤੋਂ ਜਿਹੜਾ ਹੈਗਾ ਸੀ ਰਾਮ ਲਾਲ ਜਿਹੜਾ ਸਾਡਾ ਹੁਣ ਇੱਥੇ ਮਦਈ ਆ ਉਹਦੇ ਤੋਂ 3 ਲੱਖ ਦੀ ਮੰਗ ਕੀਤੀ। ਅਤੇ ਉਹ 1-3 ਲੱਖ ਦੇ ਗਿਆ ਅਤੇ ਦੂਜੇ ਨੇ ਉਹਦੇ ਕੋਲ ਪੈਸੇ ਨਹੀਂ ਬਣੇ, ਜਿਹਦੇ ਕਰਕੇ ਇਹ 50,000 ਰੁਪਏ ਕੱਲ੍ਹ ਸਵੇਰੇ ਲੈ ਲਿਆ ਸੀ ਅਤੇ ਅੱਜ ਸ਼ਾਮੀ ਇਹਨੇ 50,000 ਰੁਪਇਆ ਦੁਬਾਰਾ ਦੇਣ ਦਾ ਵਾਅਦਾ ਕੀਤਾ, ਜਿਸ 'ਤੇ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਜਾ ਕੇ ਸਾਰੀ ਨੇ ਉੱਥੇ ਜਾ ਕੇ ਇਹਨੂੰ ਕਵਰ ਕੀਤਾ। ਅਤੇ ਐਸ ਐਚ ਓ ਨੇ ਦੀ ਹਦਾਇਤ 'ਤੇ ਐਸ ਆਈ ਪਰਮਜੀਤ ਸਿੰਘ ਨੇ ਪੈਸੇ ਫੜੇ ਨੇ, ਉਹਦੇ ਦਫ਼ਤਰ 'ਚ ਦੋਨਾਂ ਨੂੰ ਰਾਊਂਡ ਅਪ ਕਰ ਲਿਆ, ਫਿਰ ਰੈੱਡ ਹੈਂਡਡ ਫੜੇ ਗਏ। ਇਹਦੇ ਕੋਲੋਂ 50,000 ਰੁਪਈਏ ਜਿਹੜਾ ਹੈਗਾ ਰੈੱਡ ਹੈਂਡਡ ਫੜੇ ਨੇ। ਐਸ ਐਚ ਓ ਬਲਕੌਰ ਸਿੰਘ ਆ 2016 ਬੈਚ ਦਾ, ਅਤੇ ਏ ਐਸ ਆਈ ਪਰਮਜੀਤ ਸਿੰਘ ਆ ਇਹ ਰੈਂਕਰ ਹੈ। ਅਤੇ ਜਿਹੜੇ 50,000 ਸਵੇਰੇ ਲਏ ਸੀ ਉਹ ਐਸ ਐਚ ਓ ਦੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਨੇ ਬਾਅਦ 'ਚ ਬਰਾਮਦ ਕਰ ਲਏ ਨੇ ਸਰਕਾਰੀ ਵਾਹਨ ਸਾਹਮਣੇ। ਸਰ ਤੋਂ 20 ਚੋਰ ਪੈਸੇ ਵੀ ਜਿਹੜੇ ਕਹਿ ਰਹੇ ਕਿ ਲਏ ਆ ਇਹਨਾਂ ਨੇ, ਉਹ 3 ਲੱਖ ਰੁਪਏ ਦੀ ਗੱਲ ਆ ਜਾਂ ਹੋਰ ਆ ਕਿ ਇਨਵੈਸਟੀਗੇਸ਼ਨ ਸਾਹਮਣੇ ਆ ਸਕਦਾ? ਉਹ ਬਿਲਕੁਲ ਉਹਦੇ ਇਨਵੈਸਟੀਗੇਟ ਕਰ ਰਹੇ ਹਾਂ, ਅਤੇ ਉਹਦੇ 'ਚ ਅਸੀਂ ਜ਼ਰੂਰ ਉਹਦੇ ਬਾਰੇ ਵੀ ਅੱਗੋਂ ਤੁਹਾਨੂੰ ਕੋਈ ਲੋਜੀਕਲ ਐਂਡ 'ਤੇ ਲੈ ਕੇ ਜਾਵਾਂਗੇ। ਅਤੇ ਜਿਹੜਾ ਸਾਡੀ ਰਿਕਾਰਡਿੰਗ 'ਚ ਆ ਚੁੱਕਿਆ ਅਤੇ ਉਹਦੇ ਬਾਰੇ ਅਸੀਂ ਵੈਰੀਫਾਈ ਕਰਕੇ ਅਤੇ ਰਿਕਵਰ ਕਰਾਉਂਗੇ।